ਕਿਸਾਨ ਆਰਡੀਨੈਂਸਾਂ ਨੂੰ ਲੈ ਕੇ ਜੇ ਦੇਖਿਆ ਜਾਵੇ ਹਰ ਦਿਨ ਨਵੇਂ ਖੁਲਾਸੇ ਸਾਹਮਣੇ ਆਉਂਦੇ ਨੇ। ਹੁਣ ਦੇਖਿਆ ਜਾਵੇ ਤਾਂ ਕਾਨ ਸਿੰਘ ਪੰਨੂ ਨੇ ਇੱਕ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸੀ, ਉਹਦਾ ਖੁਲਾਸਾ ਸਾਹਮਣੇ ਆਮ ਆਦਮੀ ਪਾਰਟੀ ਨੇ ਰੱਖਿਆ। ਹਰਪਾਲ ਚੀਮਾ ਸਾਡੇ ਨਾਲ ਨੇ। ਚੀਮਾ ਜੀ, ਹਰ ਦਿਨ ਕੋਈ ਨਾ ਕੋਈ ਭੇਤ ਨਵਾਂ ਖੁੱਲਦਾ ਨਜ਼ਰ ਆਉਂਦਾ। ਹੁਣ ਜਿਹੜੀ ਤੁਸੀਂ ਕਾਨ ਸਿੰਘ ਪੰਨੂ ਦੀ ਰਿਪੋਰਟ ਦੇਖੋ, ਕਿ ਸੈਕਟਰੀ ਸੀ ਐਗਰੀਕਲਚਰ, ਉਹਨਾਂ ਦੀ ਰਿਪੋਰਟ ਦਾ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਇਹ ਦਿੱਤੀ ਸੀ ਉਹਨਾਂ ਨੇ ਰਿਪੋਰਟ, ਜਾਂ ਉਹਨਾਂ ਨੇ ਕੋਈ ਗੱਲਬਾਤ ਕਰੀ ਸੀ? ਦੇਖੋ, ਉਸ ਸਮੇਂ ਜਦੋਂ ਕਾਨ ਸਿੰਘ ਪੰਨੂ ਸ਼ਾਮਲ ਹੋ ਕੇ ਆਏ ਸੀ, ਉਹਨਾਂ ਨੇ ਡਿਟੇਲਡ ਰਿਪੋਰਟ ਜਾਰੀ ਕੀਤੀ ਸੀ ਪੰਜਾਬ ਦੇ ਸੀਐਮ ਸਾਹਿਬ ਨੂੰ, ਪੰਜਾਬ ਦੇ ਮੁੱਖ ਮੰਤਰੀ ਸਾਹਮਣੇ ਉਹ ਟੇਬਲ 'ਤੇ ਰੱਖੀ ਸੀਗੀ ਕਿ ਆਹ ਰਿਪੋਰਟ ਪੜ੍ਹੋ, ਇਹ ਜਿਹੜੇ ਆਰਡੀਨੈਂਸ ਆ ਰਹੇ ਨੇ, ਜਿਹੜੇ ਬਿੱਲ ਆ ਰਹੇ ਨੇ, ਇਹ ਕਿਸਾਨ ਵਿਰੋਧੀ ਨੇਗੇ। ਸੋ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ 'ਤੇ ਕੋਈ ਗੱਲ ਨਹੀਂ ਸੁਣੀ। ਸੋ ਪੰਜਾਬ ਦਾ ਮੁੱਖ ਮੰਤਰੀ ਅਸਿੱਧੇ ਰੂਪ ਦੇ ਵਿੱਚ ਇਹਨਾਂ ਦੇ ਸਮਰਥਨ ਕਰਦਾ ਸੀਗਾ, ਕਿਉਂਕਿ ਜਦੋਂ ਹਾਈ ਪਾਵਰ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸੀਗੀ, ਸੀਐਮ ਦੀ ਪੰਜ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸੀ, ਉਦੋਂ ਕੀ ਹੋਇਆ ਸੀਗਾ? ਉਦੋਂ ਇਹੀ ਪੰਜਾਬ ਦਾ ਮੁੱਖ ਮੰਤਰੀ ਰਾਜਾ ਅਮਰਿੰਦਰ ਸਿੰਘ ਸ਼ਾਮਲ ਸੀਗਾ। ਉਸ ਤੋਂ ਬਾਅਦ ਦੂਜਾ ਕੌਣ ਗਿਆ ਸੀਗਾ? ਮਨਪ੍ਰੀਤ ਸਿੰਘ ਬਾਦਲ ਗਿਆ ਸੀਗਾ, ਕਾਨ ਸਿੰਘ ਪੰਨੂ ਗਿਆ ਸੀਗਾ, ਤਿੰਨੇ ਵਿਅਕਤੀ ਗਏ ਸੀ। ਇਕੱਲਾ ਕਾਨ ਸਿੰਘ ਪੰਨੂ ਸੀਗਾ ਜਿਹਨੇ ਦੱਸਿਆ ਸੀ ਆ ਕੇ ਵੀ ਇਹ ਆਰਡੀਨੈਂਸ ਜਿਹੜੇ ਹੈਗੇ ਨੇ ਕਿਸਾਨ ਵਿਰੋਧੀ ਨੇ, ਕਿਸਾਨ ਦੇ ਖਿਲਾਫ ਨੇਗੇ। ਸੋ ਉਸ ਸਮੇਂ ਜਿਹੜਾ ਹੈਗਾ ਪੰਜਾਬ ਦਾ ਮੁੱਖ ਮੰਤਰੀ, ਉਹਨੇ ਇਹਨਾਂ ਬਿੱਲਾਂ ਦੀ ਸਪੋਰਟ ਕੀਤੀ ਸੀ। ਤੁਸੀਂ ਸਮਝਦੇ ਹੋ ਕਿ ਹਰ ਦਿਨ ਜਿਵੇਂ ਨਵੇਂ ਨਵੇਂ ਭੇਤ ਖੁੱਲ ਰਹੇ ਨੇ, ਇਹਦੇ ਵਿੱਚ ਕਿਹਾ ਜਾਵੇ ਤਾਂ ਇਹ ਨਹੀਂ ਹੁਣ ਕਿਹਾ ਜਾ ਸਕਦਾ ਕਿ ਕਾਂਗਰਸ ਦੀ ਅਫਸਰਸ਼ਾਹੀ ਤੋਂ ਮੰਤਰੀਆਂ ਤੱਕ ਕਿਸੇ ਨੂੰ ਪਤਾ ਨਹੀਂ ਸੀ ਵੀ ਕੀ ਹੈ ਇਹਨਾਂ ਦੇ ਆਰਡੀਨੈਂਸਾਂ ਦੇ ਵਿੱਚ, ਕਿਉਂਕਿ ਉਹ ਕਹਿੰਦੇ ਨੇ ਕਹਿੰਦੇ ਸੁਣਦੇ ਕਿਸੇ ਲਈ ਹੈ ਨਹੀਂ ਤਾਂ ਅਸੀਂ ਕੀ ਕਰ ਵੀ ਕੀ ਲੈਂਦੇ। ਜੇਕਰ ਸੁਣਦੇ ਨਹੀਂ ਸੀਗੇ, ਜੇਕਰ ਮਨਪ੍ਰੀਤ ਸਿੰਘ ਬਾਦਲ ਨੂੰ ਨਹੀਂ ਸੁਣਿਆ, ਜੇਕਰ ਪੰਜਾਬ ਦੇ ਮੁੱਖ ਮੰਤਰੀ ਰਾਜਾ ਅਮਰਿੰਦਰ ਸਿੰਘ ਨੂੰ ਨਹੀਂ ਸੁਣਿਆ, ਜੇਕਰ ਕਾਨ ਸਿੰਘ ਪੰਨੂ ਨੂੰ ਨਹੀਂ ਸੁਣਿਆ, ਜੇਕਰ ਮਨਪ੍ਰੀਤ ਬਾਦਲ ਨੂੰ ਨਹੀਂ ਸੁਣਿਆ, ਇਹ ਸਾਰੇ ਵਿਅਕਤੀ ਸਿੱਧੇ ਰੂਪ ਦੇ ਵਿੱਚ ਦੋਸ਼ੀ ਨੇ। ਇਹਨਾਂ ਨੇ ਕਿਸਾਨ ਦੀ ਮੌਤ ਦੇ ਬ੍ਰੰਟ 'ਤੇ ਦਸਤਖਤ ਕੀਤੇ ਨੇਗੇ, ਆਪ ਉਹਨਾਂ ਮੀਟਿੰਗਾਂ ਜਾਂਦੇ ਰਹੇ ਨੇਗੇ, ਆਪ ਮੀਟਿੰਗਾਂ ਅਟੈਂਡ ਕੀਤੀਆਂ ਨੇਗੀਆਂ, ਮੀਟਿੰਗਾਂ ਅਟੈਂਡ ਕਰਕੇ ਬਿੱਲ ਜਦੋਂ ਪਾਸ ਹੋ ਗਿਆ, ਹੁਣ ਡਰਾਬੇਬਾਜ਼ੀ 'ਤੇ ਉਤਰੇ। ਤੁਸੀਂ ਸੋਮਨਾਥ ਸੋਮ ਪ੍ਰਕਾਸ਼ ਦਾ ਵੀ ਅਸਤੀਫਾ ਮੰਗਿਆ, ਤੁਸੀਂ ਕਿਹਾ ਕਿ ਪੰਜਾਬ ਦਾ ਅੰਨ ਖਾਂਦੇ ਨੇ, ਕਿਸਾਨਾਂ ਦੇ ਵਿਰੋਧੀ ਕਿਵੇਂ ਹੋ ਸਕਦੇ ਨੇਗੇ? ਸੋਮ ਪ੍ਰਕਾਸ਼, ਤੁਸੀਂ ਸਮਝਦੇ ਹੋ ਕਿ ਹੁਣ ਤੱਕ ਲਗਾਤਾਰ ਚੁੱਪ ਚੱਲੇ ਆ ਰਹੇ ਨੇ? ਦੇਖੋ, ਪੰਜਾਬ ਦਾ ਜੰਮਿਆ ਸੋਮ ਪ੍ਰਕਾਸ਼ ਪੰਜਾਬ ਦੇ ਵਿੱਚ ਬਿਊਰੋਕਰੇਟ ਰਿਹਾ, ਪੰਜਾਬ ਦੇ ਵਿੱਚ ਉਹ ਜਿੱਤਿਆ, ਪੰਜਾਬ ਦੇ ਲੋਕਾਂ ਨੇ ਮਾਣ ਬਖਸ਼ਿਆ, ਔਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹ ਮਿਨਿਸਟਰ ਹੈਗਾ। ਸੋ ਉਹਨੇ ਪੰਜਾਬ ਦਾ ਅੰਨ ਖਾਧਾ ਗਾ, ਪੰਜਾਬ ਦਾ ਪਾਣੀ ਪੀਤਾ ਗਾ, ਪੰਜਾਬ ਦਾ ਦੁੱਧ ਪੀਤਾ ਗਾ, ਉਹ ਵੀ ਪੰਜਾਬ ਦੀ ਧਰਤੀ ਮਾਂ ਦਾ ਪੁੱਤਾ। ਸੋ ਉਹਨੂੰ ਚਾਹੀਦਾ ਕਿ ਤੁਰੰਤ ਇਸ ਧਰਤੀ ਮਾਂ ਦੇ ਨਾਲ ਖੜੇ, ਜਿਹਨੂੰ ਖਰੀਦਣ ਲਈ ਬੀਜੇਪੀ ਜਿਹੜੀ ਆ ਬੇਤਾਬ ਆ, ਜਿਹਨੂੰ ਪੰਜਾਬ ਦੀ ਧਰਤੀ ਨੂੰ ਬਰਬਾਦ ਕਰਨ ਲਈ ਬੀਜੇਪੀ ਖੜੀ ਆ। ਸੋ ਉਹਦੇ 'ਚੋਂ ਅਸਤੀਫਾ ਦੇਵੇ, ਆਪਣੀ ਪਾਰਟੀ ਛੱਡੇ, ਮੰਤਰੀ ਪਦ ਛੱਡੇ। ਅਤੇ ਤੁਸੀਂ ਇਹ ਵੀ ਕਹਿਤਾ ਕਿ ਕਿਸਾਨਾਂ ਦੇ ਨਾਲ ਉਹ ਪ੍ਰੋਟੈਸਟਾਂ 'ਚ ਬੈਠਾਂਗੇ, ਵੈਸੇ ਕਿਸਾਨ ਯੂਨੀਅਨਾਂ ਨੇ ਕਹਿਤਾ ਸੀ ਅਸੀਂ ਪੋਲੀਟੀਕਲ ਸਪੋਰਟ ਨਹੀਂ ਲਵਾਂਗੇ, ਫਿਰ ਕਿਸ ਤਰ੍ਹਾਂ ਦੀ ਸਪੋਰਟ ਰਹੂਗੀ ਇਹ? ਦੇਖੋ, ਸਾਡੇ ਸਾਰੇ ਜਿੰਨੇ ਵਲੰਟੀਅਰ ਨੇ ਪੰਜਾਬ ਦੇ ਵਿੱਚ, ਸਾਰੇ ਕਿਸਾਨ ਨੇ, ਵਪਾਰੀ ਨੇ, ਆੜ੍ਹਤੀਏ ਨੇ, ਸਾਰੇ ਸ਼ੈਲਰ ਮਾਰਕ ਨੇ, ਸਾਰੇ ਜਾਣਗੇ ਉਹ ਸਾਰਿਆਂ ਨੂੰ। ਅਸੀਂ ਬਿਲਕੁਲ, ਅਸੀਂ ਬਕਾਇਦਾ ਅੱਜ ਸਾਡਾ ਅਸੀਂ ਟੈਲੀਫੋਨਿਕਲੀ ਸਭ ਨੂੰ ਅਵੇਅਰ ਕਰਾਂਗੇ ਕਿ ਸਾਰੇ ਜਾ ਕੇ ਕਿਸਾਨ ਦੇ ਧਰਨਿਆਂ 'ਚ ਬੀਂਗੇ, ਕਿਸਾਨ ਬੀਂਗੇ, ਆਮ ਆਦਮੀ ਪਾਰਟੀ ਮੈਂਬਰ ਉੱਥੇ ਜਾ ਕੇ ਬੈਠੋ। ਇੱਕ ਲਾਸਟ ਉਮੀਦ ਤੁਸੀਂ ਰਾਸ਼ਟਰਪਤੀ 'ਤੇ ਜਿਤਾਈ ਹੈ, ਮੰਗ ਪੱਤਰ ਭੇਜ ਰਹੇ ਹੋਗੇ ਰਾਜਪਾਲ ਦੇ ਜ਼ਰੀਏ, ਤਾਂ ਤੁਹਾਨੂੰ ਲੱਗਦਾ ਵੀ ਰਾਸ਼ਟਰਪਤੀ ਸੁਣਨਗੇ ਇਸ ਗੱਲ ਨੂੰ? ਕਿਉਂਕਿ ਰਾਜ ਸਭਾ ਦੇ ਵਿੱਚ ਜੇ ਤੁਸੀਂ ਕਿਹਾ ਵੀ ਧੱਕੇ ਨਾਲ ਪਾਸ ਕਰਤਾ, ਲੋਕ ਸਭਾ 'ਚ ਮੈਜੋਰਟੀ ਸੀਗੀ, ਹੁਣ ਕੋਈ ਇਹ ਉਮੀਦ ਤੁਹਾਨੂੰ ਬਣਦੀ ਲੱਗਦੀ ਹੈ ਵੀ ਸ਼ਾਇਦ ਪ੍ਰੋਟੈਸਟਾਂ ਨੂੰ ਦੇਖਦੇ ਹੋਏ ਕਿਸਾਨ ਦੀ ਹਾਲਤ ਦੇਖ ਕੇ ਮੰਨ ਲੈਣ? ਦੇਖੋ, ਅੱਜ ਪੂਰਾ ਦੇਸ਼ ਧਰਨਿਆਂ 'ਚ ਬਦਲਿਆ ਹੋਇਆਗਾ, ਅੱਜ ਪੂਰੇ ਦੇਸ਼ 'ਚ ਧਰਨੇ ਹੋ ਰਹੇ ਨੇਗੇ। ਸੋ ਰਾਸ਼ਟਰਪਤੀ ਜਿਹੜੇ ਹੈਗੇ ਨੇਗੇ, ਉਹ ਕਿਉਂ ਕੋਈ ਵੀ ਅਪੀਲ ਜਿਹੜੀ ਆ ਲਾਸਟ ਅਪੀਲ ਰਾਸ਼ਟਰਪਤੀ ਕੋਲ ਹੁੰਦੀ ਆ, ਸਾਨੂੰ ਪੂਰਨ ਆਸ ਆ ਕਿ ਰਾਸ਼ਟਰਪਤੀ ਇਸ ਅਪੀਲ ਨੂੰ ਸੁਣਨਗੇ ਔਰ ਇਹ ਜਿਹੜੇ ਬਿੱਲ ਨੇ ਇਹਨਾਂ ਨੂੰ ਵਾਪਸ ਭੇਜਣਗੇ। ਬਿਲਕੁਲ, ਕਹਿ ਸਕਦੇ ਆਮ ਆਦਮੀ ਪਾਰਟੀ ਹੁਣ ਰਾਸ਼ਟਰਪਤੀ ਦਾ ਦਰਵਾਜ਼ਾ ਖੜਕਾਉਂਦੀ ਹੋਈ ਨਜ਼ਰ ਆਉਂਦੀ ਹੈ, ਅਤੇ ਦੂਜੇ ਪਾਸੇ ਦੇਖਿਆ ਜਾਵੇ ਕਾਨ ਸਿੰਘ ਪੰਨੂ ਦੇ ਮਸਲੇ ਨੇ ਕਈ ਸਵਾਲ ਖੜੇ ਕਰਤੇ ਨੇ ਕਿ ਆਖਿਰਕਾਰ ਕੀ ਸਾਰਾ ਕੁਝ ਪਹਿਲਾਂ ਧਿਆਨ 'ਚ ਸੀ। ਜੇ ਇਹ ਗੱਲ ਆਮ ਆਦਮੀ ਪਾਰਟੀ ਦੀ ਮੰਨੀ ਜਾਵੇ ਕਿ ਕਾਨ ਸਿੰਘ ਪੰਨੂ ਨੇ ਕੋਈ ਰਿਪੋਰਟ ਦਿੱਤੀ ਸੀ, ਤਾਂ ਉਸ ਨੂੰ ਲੈ ਕੇ ਸਰਕਾਰ ਨੇ ਪਹਿਲਾਂ ਕਿਉਂ ਨਹੀਂ ਕੋਈ ਰੌਲਾ ਪਾਇਆ? ਆਮ ਆਦਮੀ ਪਾਰਟੀ ਵੀ ਇਹ ਗੱਲ ਕਹਿੰਦੀ ਹੈ ਕਿ ਜੇਕਰ ਇਹ ਰਿਪੋਰਟਾਂ ਸਾਰੀਆਂ ਪਹਿਲਾਂ ਆ ਗਈਆਂ ਸੀ ਤਾਂ ਰੌਲਾ ਪਹਿਲਾਂ ਪਾਉਣਾ ਚਾਹੀਦਾ ਸੀ, ਸ਼ਾਇਦ ਕੋਈ ਮਸਲਾ ਹੱਲ ਹੋ ਜਾਂਦਾ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੀਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।